ਵੱਲ ਚਲੀਏ ਤੇ ਇੱਕ ਵਾਰੀ ਫੇਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜਿਹੜੀ ਆ ਖਤਰਨਾਕ ਹੀਟ ਵੇਵ ਆਈ ਆ। ਪੀਕ ਟੈਂਪਰੇਚਰ 107 ਡਿਗਰੀ ਤੱਕ ਪਹੁੰਚ ਸਕਦਾ ਹੈਗਾ। ਅੱਜ ਸਿਆਰਾ ਨਵਾਡਾ ਦੀਆਂ ਜੋ ਪਹਾੜੀਆਂ ਆ ਉੱਥੇ ਥੰਡਰ ਸਟਾਰਮ ਬਹੁਤ ਹੋਏ ਹੈਗੇ ਆ। ਸੋ ਵੈਲੀ ਦੇ ਵਿੱਚ 104 ਤੋਂ ਲੈ ਕੇ 107 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਹੈਗਾ ਆ। ਸੋ ਇਹ ਬੁੱਧਵਾਰ, ਵੀਰਵਾਰ ਤੇ ਫਰਾਈਡੇ ਨੂੰ ਜਿਹੜਾ ਟੈਂਪਰੇਚਰ ਆ ਉਹ ਡਾਊਨ ਜਾਣਾ ਸ਼ੁਰੂ ਹੋਊਗਾ। ਹੀਟ ਐਡਵਾਈਜ਼ਰੀ ਸ਼ੁਰੂ ਕੀਤੀ ਗਈ ਹੈਗੀ ਆ। ਅਗਸਤ 17 ਤੱਕ ਹੀਟ ਐਡਵਾਈਜ਼ਰੀ ਰਹੂਗੀ। ਵੈਲੀ ਦੇ ਵਿੱਚ 100 ਤੋਂ ਲੈ ਕੇ 108 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਚਲੇ ਜਾਊਗਾ। ਥਰਸਡੇ ਨੂੰ ਇਹ ਟੈਂਪਰੇਚਰ ਘੱਟ ਕੇ 100 ਡਿਗਰੀ ਰਹਿ ਜਾਊਗਾ ਤੇ ਵੀਕਐਂਡ ਦੇ ਉੱਤੇ ਬੇ ਏਰੀਏ ਦੇ ਵਿੱਚ ਮੀਂਹ ਪੈਣ ਦੇ ਕਾਫੀ ਜਿਹੜੇ ਅਸਰ ਬਣੇ ਹੋਏ ਜੀ। ਇਹ ਵੀ ਦੱਸ ਦਈਏ ਮੀਂਹ ਦੇ ਅਸਰ ਕਿਉਂ ਆ। ਟ੍ਰੋਪੀਕਲ ਅਨਰੈਸਟ ਜਿਹੜਾ ਹਰੀਕੇਨ ਹਵਾਈ ਦੇ ਵਿੱਚ ਆਇਆ ਸੀ ਜਿਸਨੇ ਅੱਗਾਂ ਨੂੰ ਭਾਂਬੜ ਦੇ ਵਾਂਗ ਉੱਥੇ ਮਚਾਇਆ ਤੇ ਬਹੁਤ ਜ਼ਿਆਦਾ ਨੁਕਸਾਨ ਕੀਤਾ, ਉਹਦਾ ਜਿਹੜਾ ਅਸਰ ਆ ਹਵਾਵਾਂ ਦਾ ਜਿਹੜਾ ਰੁੱਖ ਬਦਲਦੇ ਹੋਏ ਵੈਸਟ ਕੋਸਟ ਦੇ ਉੱਤੇ ਆਪਣੇ ਐਲਏ ਵਾਲੇ ਸਾਈਡ ਸਦਰਨ ਕੈਲੀਫੋਰਨੀਆ ਦੇ ਤੱਟ ਤੋਂ ਥੋੜੀ ਦੂਰ ਇੱਕ ਸਟਾਰਮ ਬਰੂ ਕਰ ਰਿਹਾ ਆ, ਬਣ ਰਿਹਾ ਆ, ਜਿਸ ਦਾ ਨਾਮ ਗ੍ਰੈਗ ਜਿਹੜਾ ਉਹ ਦਿੱਤਾ ਗਿਆ ਆ। ਸੈਂਟਰਲ ਪੈਸੀਫਿਕ ਵਾਲੇ ਇਲਾਕੇ ਦੇ ਵਿੱਚ ਇਹ ਲੋ ਪ੍ਰੈਸ਼ਰ ਏਰੀਆ ਲਗਾਤਾਰ ਬਣ ਰਿਹਾ। ਕਹਿੰਦੇ ਵੀ ਇਹਦੇ ਨਾਲ ਐਲਏ, ਲਾਸ ਵੇਗਸ, ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵੀ ਜਿਹੜਾ ਆ ਉਹ ਆ ਸਕਦਾ ਆ। ਸੋ ਇਹਦੇ ਨਾਲ ਆਪਣੇ ਵੀ ਮੌਸਮ ਦੇ ਵਿੱਚ ਥੋੜੀ ਆਪਾਂ ਨੂੰ ਤਬਦੀਲੀ ਦਿਖ ਸਕਦੀ ਆ। ਹਰਜੋਤ ਸਿੰਘ ਜੀ ਨੇ ਹੀਟ ਵੇਵ ਦਾ ਦੱਸਿਆ ਹੀ ਆ। ਸੋ ਆਉਣ ਵਾਲੇ ਸਮੇਂ 'ਚ ਐਲਏ ਵਾਲੇ ਪਾਸੇ ਜਿਹੜਾ ਇਹ ਟ੍ਰੋਪੀਕਲ ਅਨਰੈਸਟ ਦੇ ਚੱਲਦਿਆਂ ਭਾਰੀ ਮੀਂਹ ਜਿਹੜੇ ਉਹ ਆ ਸਕਦੇ ਨੇ। ਅਗਲੀ ਖਬਰ ਚਲੀਏ ਬੇ ਏਰੀਏ ਦੇ ਵਿੱਚ। ਅੱਜ ਇੱਕ ਭੁਚਾਲ ਆਇਆ। ਸਭ ਤੋਂ ਪਹਿਲਾਂ ਇਸ ਨੂੰ 3.4 ਮੈਗਨੀਟਿਊਡ ਦੀ ਰੀਡਿੰਗ ਦਿੱਤੀ ਗਈ। ਇਹ ਕਹਿੰਦੇ 7:44 ਤੇ ਅੱਜ ਸਵੇਰੇ ਆਇਆ ਸੀ। ਬਾਅਦ ਦੇ ਵਿੱਚ ਇਸ ਨੂੰ ਡਾਊਨਗ੍ਰੇਡ ਕਰਕੇ 3.0 ਦੇ ਉੱਤੇ ਕਰ ਦਿੱਤਾ ਗਿਆ। ਐਪੀਸੈਂਟਰ ਆਲਮੋ ਵਾਲੇ ਏਰੀਏ ਦੇ ਵਿੱਚ ਸੀਗਾ। ਜੀਓਲੋਜੀਕਲ ਸਰਵੇ ਨੇ ਜੋ ਉਹਨਾਂ ਦਾ ਸ਼ੇਕਅਪ ਮੈਪ ਆ, ਉਹਨਾਂ ਨੇ ਇਹ ਦੱਸਿਆ ਵੀ ਕੈਲਵਰਸ ਦਾ ਜੋ ਫਾਲਟ ਆ ਉਹ ਇਸ ਏਰੀਏ ਦੇ ਥਰੂ ਜਾਂਦਾ ਆ। ਕਿਸੇ ਤਰ੍ਹਾਂ ਦੀ ਕੋਈ ਫੱਟੜ ਜਾਂ ਡੈਮੇਜ ਹੋਣ ਦੀ ਕੋਈ ਖਬਰ ਨਹੀਂ ਹੈਗੀ, ਪਰ 8:30 ਵਜੇ ਦੇ ਕਰੀਬ ਜੋ ਆਲਮੋ ਵਾਲਾ ਉਹ ਸਾਰਾ ਏਰੀਆ ਹੈਗਾ ਲਿਵਰਮੋਰ, ਡਬਲਿਨ, ਲੋਕਾਂ ਨੇ ਕਾਫੀ ਵੱਡਾ ਜਿਹੜਾ ਝਟਕਾ ਆ ਉਹ ਸਵੇਰੇ ਫੀਲ ਕੀਤਾ ਹੈ। ਫ੍ਰੈਜ਼ਨੋ ਦੇ ਜਿਹੜੇ ਮੇਅਰ ਜੈਰੀ ਡਾਇਰ, ਉਹਨਾਂ ਨੇ ਅੱਜ ਐਲਾਨ ਕੀਤਾ ਵੀ ਸਿਟੀ ਦੀਆਂ ਜਿਨ੍ਹਾਂ ਨੂੰ ਇਹ ਅਨਹਾਊਸਡ ਰੈਜ਼ੀਡੈਂਟ ਜਾਂ ਹੋਮਲੈਸ ਜਿਨ੍ਹਾਂ ਨੂੰ ਆਪਾਂ ਕਹਿ ਲੈਂਦੇ ਹਾਂ, ਉਹਨਾਂ ਨੂੰ ਨਵਾਉਣ ਧੋਣ ਦੇ ਲਈ ਇੱਕ ਮੋਬਾਈਲ ਸ਼ਾਵਰ ਜਿਹੜੀਆਂ ਸੇਵਾਵਾਂ ਆ ਉਹ ਕੀਤੀਆਂ ਜਾਣਗੀਆਂ। ਅੱਜ ਤੋਂ ਇੱਕ ਦੂਸਰਾ ਮੋਬਾਈਲ ਸ਼ਾਵਰ ਯੂਨਿਟ ਆ ਉਸ ਨੂੰ ਐਕਟਿਵ ਕਰ ਦਿੱਤਾ ਗਿਆ ਹੈਗਾ ਆ। ਤੇ ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ 3000 ਤੋਂ ਵੱਧ ਜਿਹੜੇ ਇਹਨਾਂ ਨੇ ਸ਼ਾਵਰ ਦਿੱਤੇ ਸੀ। ਸੋ ਜਿਹੜੇ ਹੋਮਲੈਸ ਆ ਉਹਨਾਂ ਨੂੰ ਹੁਣ ਨਵਾਉਣ ਧੋਣ ਦਾ ਸਿਲਸਿਲਾ ਵੀ ਸ਼ਹਿਰ ਨੇ ਜਿਹੜਾ ਆ ਉਹ ਚਾਲੂ ਕੀਤਾ ਆ। ਇਸ ਮੌਕੇ ਡਿਸਟ੍ਰਿਕਟ 1 ਦੇ ਵਿੱਚ ਬਲੈਕ ਸਟੋਨ ਤੇ ਹੈਜਿਸ, ਡਕੋਟਾ ਤੇ ਪੀਅਰਸ ਦੇ ਉੱਤੇ ਡਿਸਟ੍ਰਿਕਟ 4 ਦੇ ਵਿੱਚ ਇਹ 2 ਸ਼ਾਵਰ ਜਿਹੜੇ ਚਾਲੂ ਹੋਏ ਨੇ ਤੇ ਇਹਨਾਂ ਨੇ 2 ਹੋਰ ਸਾਈਟਸ ਪਲਾਨ ਕੀਤੀਆਂ ਡਿਸਟ੍ਰਿਕਟ 2 ਤੇ ਡਿਸਟ੍ਰਿਕਟ 5 ਦੇ ਵਿੱਚ ਜੀ। ਅੱਜ ਬੇ ਏਰੀਏ ਦੇ ਵਿੱਚ ਕਾਫੀ ਟੈਕ ਕੰਪਨੀਆਂ ਨੇ ਲੇ ਆਫ ਕੀਤੀ ਆ। ਨਾਲ ਦੀ ਨਾਲ ਬੈਂਕਾਂ ਨੇ ਵੀ ਜੋ ਆ ਉਹ ਲੇ ਆਫ ਕੀਤੀ ਹੈਗੀ ਆ। 250 ਦੇ ਕਰੀਬ 250 ਦੇ ਕਰੀਬ ਬੈਂਕਿੰਗ ਜੌਬਸ ਐਲੀਮੀਨੇਟ ਹੋਈਆਂ ਬੇ ਏਰੀਏ ਦੇ ਵਿੱਚ। ਇਹ ਕਾਫੀ ਵੱਡਾ ਨੰਬਰ ਹੈਗਾ ਆ। ਜੋ ਨਵੀਆਂ ਰਿਪੋਰਟਸ ਆਈਆਂ ਬੈਂਕ ਦੇ ਮੁਤਾਬਕ ਉਹ ਬਾਲੀਆਂ ਗੁੱਡ ਨਹੀਂ ਹੈਗੀਆਂ ਵੀ ਬੈਂਕਾਂ ਦੀ ਕੀ ਕੰਡੀਸ਼ਨ ਹੈਗੀ ਆ। ਬੈਂਕ ਆਫ ਦਾ ਵੈਸਟ ਨੇ ਇਹ ਕਿਹਾ ਵੀ ਉਹ 248 ਜੌਬ ਰਿਮੂਵ ਕਰਨ ਜਾ ਰਹੇ ਆ, ਜਿਨ੍ਹਾਂ ਦੇ ਵਿੱਚੋਂ 203 ਉਹਨਾਂ ਦੇ ਸੈਨ ਰਮਨ ਵਿਸ਼ੇ ਬ੍ਰਾਂਚ ਆਫਿਸ ਆ ਉੱਥੇ ਆ ਤੇ 45 ਸੈਨ ਫਰਾਂਸਿਸਕੋ ਚੋਂ। ਕਰੰਚਬੇਸ ਨੇ ਇੱਕ ਜੋ ਸੌਫਟਵੇਅਰ ਡਾਟਾਬੇਸ ਕੰਪਨੀਆਂ ਉਹਨਾਂ ਨੇ ਵੀ 63 ਲੋਕਾਂ ਨੂੰ ਲੇ ਆਫ ਕੀਤਾ ਆ। ਨਿਆਨਟਿਕ ਨੇ ਮੋਬਾਈਲ ਐਪ ਕੰਪਨੀਆਂ 57 ਲੋਕਾਂ ਨੂੰ ਲੇ ਆਫ ਕੀਤਾ। ਇੰਟਲ, ਸੈਮੀਕੰਡਕਟਰ, ਟਾਈਟਨ ਆ ਇਹਨਾਂ ਨੇ 51 ਜੌਬ ਜੋ ਆ ਨਾਰਥ ਸੈਨ ਉਹਦੇ ਚ ਲੇ ਆਫ ਕੀਤੀਆਂ ਹੈਗੀਆਂ। ਮਾਈਕਰੋਸਾਫਟ ਸੌਫਟਵੇਅਰ ਤੇ ਟੈਕ ਸਰਵਿਸਿਜ਼ ਬੇਹਮੋ ਇਹਨਾਂ ਨੇ 40 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਹੁਣ ਤੱਕ ਜੇ ਦੱਸਦੀ ਜਾਈਏ ਕਾਫੀ ਲੱਖ ਤੋਂ ਵੀ ਉੱਤੇ ਜੋ ਲੋਕ ਆ ਉਹ ਬੇ ਏਰੀਏ ਦੇ ਵਿੱਚ ਟੈਕਨੋਲੋਜੀ ਕੰਪਨੀਆਂ ਚੋਂ ਲੇ ਆਫ ਹੋ ਚੁੱਕੇ ਆ। ਪਰ ਬੈਂਕਾਂ ਦੇ ਵਿੱਚੋਂ ਲੋਕਾਂ ਦਾ ਲੇ ਆਫ ਹੋਣਾ ਹੁਣ ਇਹ ਨਵਾਂ ਇੱਕ ਟ੍ਰੈਂਡ ਚੱਲਿਆ, ਕਿਉਂਕਿ ਜੇ ਦੱਸਦੇ ਜਾਈਏ ਕਹਿੰਦੇ ਪਈ ਨਵੀਂ ਜੋ ਰਿਪੋਰਟ ਆਈ ਆ ਉਹਦੇ ਮੁਤਾਬਕ US ਦੀਆਂ ਜੋ ਬੈਂਕਸ ਆ ਉਹਨਾਂ ਦਾ ਕ੍ਰੈਡਿਟ ਡਾਊਨਗ੍ਰੇਡ ਕੀਤਾ ਗਿਆ ਹੈਗਾ ਆ, ਕਿਉਂਕਿ ਇੰਟਰਸਟ ਰੇਟ ਕਾਫੀ ਵਧਿਆ ਹੈਗਾ ਤੇ ਹੋਰ ਕਈ ਬੈਂਕਾਂ ਆਉਣ ਵਾਲੇ ਸਮੇਂ ਦੇ ਵਿੱਚ ਫੇਲ ਹੋ ਸਕਦੀਆਂ ਹੈਗੀਆਂ ਜਾਂ ਉਹਨਾਂ ਦੇ ਜਿਹੜੀ ਸ਼ਾਰਟ ਉਹ ਕਰੂਗੇ ਆਪਣੇ ਸਟਾਫ ਨੂੰ। ਕਈ ਬੈਂਕਾਂ ਜਿਨ੍ਹਾਂ ਦੀ ਡਾਊਨਗ੍ਰੇਡ ਕੀਤੀ ਗਈ ਆ ਉਹਨਾਂ ਚੋਂ JP Morgan Chase ਬੈਂਕ ਵੀ ਹੈਗੀ ਆ, ਉਸ ਦੀ ਵੀ ਰੇਟਿੰਗ ਨੂੰ ਡਾਊਨਗ੍ਰੇਡ ਕੀਤਾ ਗਿਆ ਹੈਗਾ।